ਪੰਜਾਬ ਦੇ ਵਿੱਚ 2017 ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਪੂਰੀ ਹਨੇਰੀ ਚੱਲ ਰਹੀ ਸੀ। ਉਸ ਵਕਤ ਹਲਕਾ ਨਕੋਦਰ ਤੋਂ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਇੱਕ ਬਹੁਤ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਸੀ। ਇਸ ਵਕਤ ਵੀ ਜੇਕਰ ਜ਼ਿਲ੍ਹਾ ਜਲੰਧਰ ਦੀ ਗੱਲ ਕਰੀਏ, ਲੋਕ ਸਭਾ ਚੋਣਾਂ ਵਿੱਚ ਸਮੁੱਚੇ ਜ਼ਿਲ੍ਹਾ ਜਲੰਧਰ ਦੇ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਲੀਡਰਾਂ ਦੀਆਂ ਨਿਗਾਹਾਂ ਹਲਕਾ ਨਕੋਦਰ 'ਤੇ ਹਨ। ਸੋ ਹੁਣ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਹਲਕਾ ਨਕੋਦਰ ਦੇ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਬਡਾਲਾ ਜੀ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ। ਉਹਨਾਂ ਨੂੰ ਪੁੱਛਾਂਗੇ ਕਿਹੋ ਜਿਹੇ ਉਹਨਾਂ ਦੇ ਦੌਰੇ ਚੱਲ ਰਹੇ। ਇਸ ਵਕਤ ਵੀ ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰ ਰਹੇ ਆ, ਪੁੱਛਾਂਗੇ ਕਿਹੋ ਜਿਹਾ ਰਿਸਪੋਂਸ ਆ। ਸਰਦਾਰ ਗੁਰਪ੍ਰਤਾਪ ਬਡਾਲਾ ਜੀ, ਸਾਡਾ ਬਹੁਤ ਬਹੁਤ ਸਵਾਗਤ। ਬਹੁਤ ਧੰਨਵਾਦ ਜੀ ਹਰਦੀਪ ਸਿੰਘ ਤੱਗੜ ਜੀ ਤੁਹਾਡਾ ਅਤੇ ਤੁਹਾਡੀ ਸਾਰੀ ਟੀਮ ਦਾ ਜੀ। ਕਿਹੋ ਜਿਹਾ ਤੁਹਾਡਾ ਚੱਲ ਰਿਹਾ ਜੋ ਤੁਸੀਂ ਦੌਰੇ ਕਰ ਰਹੇ ਹਾਂ ਪਿੰਡਾਂ ਵਿੱਚ, ਕਿਹੋ ਜਿਹਾ ਉਤਸ਼ਾਹ ਹੈ ਵੋਟਰਾਂ ਵਿੱਚ? ਦੇਖੋ, ਅਸੀਂ ਬਹੁਤ ਲੰਬੇ ਸਮੇਂ ਤੋਂ ਪਿੰਡਾਂ ਵਿੱਚ ਜਾ ਰਹੇ ਹਾਂ। ਤਕਰੀਬਨ ਰੋਜ਼ ਅਸੀਂ 12-14 ਪਿੰਡ ਵਿਜ਼ਿਟ ਕਰਕੇ ਅਤੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਕੇ ਆਉਂਦੇ ਹਾਂ, ਲੋਕਾਂ ਨੂੰ ਅਪੀਲ ਕਰਦੇ ਹਾਂ ਵੋਟਾਂ ਵਾਸਤੇ ਜੀ। ਅਤੇ ਇਹਨਾਂ ਇਲੈਕਸ਼ਨਸ ਵਿੱਚ ਇੱਕ ਗੱਲ ਬੜੀ ਸਾਫ਼ ਦਿਸ ਰਹੀ ਆ ਕਿ ਇੱਕ ਤਾਂ ਵੱਡਾ ਫੈਕਟਰ ਆ ਮੋਦੀ ਸਾਹਿਬ ਦਾ। ਲੋਕ ਪੰਜਾਬ ਦੇ ਜਿਹੜੇ ਵੋਟਰ ਨੇ ਬੜੇ ਸੂਝਵਾਨ ਨੇ, ਉਹ ਸਮਝਦੇ ਆ ਕਿ ਕਿਹੜਾ ਲੀਡਰ ਹਿੰਦੁਸਤਾਨ ਦੀ ਵਾਂਗਡੋਰ ਸੰਭਾਲ ਸਕਦਾ ਜੀ, ਆਪਣੇ ਦੇਸ਼ ਦੀ ਤਕਦੀਰ ਕਿਹਨੂੰ ਦੇਣਾ ਚਾਹੁੰਦੇ ਆ। ਬਿਲਕੁਲ ਸਮਝ ਗਏ ਨੇ ਪੰਜਾਬ ਦੇ ਵੋਟਰ। ਅਤੇ ਇੱਕ ਤਾਂ ਕਹਾਂਗੇ ਕਿ ਮੋਦੀ ਸਾਹਿਬ ਦਾ ਜਿਹੜਾ ਫੈਕਟਰ ਆ ਉਹ ਬਹੁਤ ਹੀ ਤਕੜਾ ਆ ਜੀ। ਬਹੁਤ ਲੋਕ ਚਾਹੁੰਦੇ ਆ ਕਿ ਅਗਲਾ ਪ੍ਰਧਾਨ ਮੰਤਰੀ ਵੀ ਨਰਿੰਦਰ ਮੋਦੀ ਜੀ ਹੋਣ ਜੀ। ਅਗਲੀ ਗੱਲ ਇਹ ਆ ਜੀ ਕਿ ਸਾਨੂੰ, ਅਸੀਂ ਜਿੱਥੇ ਵੀ ਪਿੰਡਾਂ ਜਾਂਦੇ ਹਾਂ, ਕਦੀ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਸਵਾਲ ਨਹੀਂ ਪੁੱਛਿਆ ਕਿਸੇ ਨੇ, ਕੋਈ ਵਿਰੋਧ ਨਹੀਂ ਹੋਇਆ ਜੀ। ਕਾਂਗਰਸ ਦਾ ਥਾਂ ਥਾਂ 'ਤੇ ਵਿਰੋਧ ਹੋ ਰਿਹਾ ਜੀ, ਕਾਂਗਰਸ ਦੇ ਉਮੀਦਵਾਰ ਦਾ, ਉਹਨਾਂ ਦੇ ਜਿਹੜੇ ਪਾਰਟੀ ਦੇ ਵਰਕਰ ਨੇ, ਲੀਡਰ ਨੇ, ਲੋਕ ਉਹਨਾਂ ਨੂੰ ਸਵਾਲ ਪੁੱਛਦੇ ਨੇ ਜੀ। ਜਿਹੜੀ ਅਗਲਾ ਫੈਕਟਰ ਹੈ ਜੀ, ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਰਗੁਜ਼ਾਰੀ 'ਤੇ ਲੋਕਾਂ ਨੇ ਬਹੁਤ ਵੱਡੀ ਆਪਣੀ ਨਾਰਾਜ਼ਗੀ, ਉਹਨਾਂ ਨੇ ਐਤਕੀ ਜ਼ਾਹਰ ਕਰਨੀ ਆ ਜੀ। ਲੋਕ ਨਾਰਾਜ਼ ਬੈਠੇ ਆ, ਸਮਝਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਨਾਲ ਬੜਾ ਧੋਖਾ ਕੀਤਾ, ਬਹੁਤ ਵੱਡਾ ਵਾਅਦਾ ਖਿਲਾਫੀ ਹੋਈ ਆ, ਵਿਸ਼ਵਾਸਘਾਤ ਹੋ ਗਿਆ ਪੰਜਾਬ ਦਾ ਕਰਕੇ। ਕੈਪਟਨ ਅਮਰਿੰਦਰ ਸਿੰਘ ਜੋ ਨਹੀਂ ਸੀ ਹੋ ਸਕਦਾ ਉਹ ਵੀ ਕਹਿ ਗਏ, ਇਸ ਕਰਕੇ ਪਤਾ ਸੀ ਲੋਕਾਂ ਨੂੰ ਵੀ ਇਹਨਾਂ ਤੋਂ ਨਹੀਂ ਹੋਣਾ। ਅਤੇ ਹੁਣ ਉਹ ਆਪਣਾ ਲੋਕ ਗੁੱਸਾ ਕੱਢ ਰਹੇ ਆ, ਕੈਪਟਨ ਸਾਹਿਬ ਹਰ ਜਿਹੜੇ ਉੱਤੇ ਮਸਲੇ ਵਿੱਚ ਫੇਲ ਹੋ ਗਏ, ਉਹਨਾਂ ਤੋਂ ਆਪਣੇ ਵਾਅਦੇ ਪੂਰੇ ਨਹੀਂ ਹੋਏ, ਕੰਮ ਨਹੀਂ ਹੋਏ। ਪਰ ਕੈਪਟਨ ਸਾਹਿਬ ਦਾ ਕਹਿਣਾ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਹੈ, ਜੇਕਰ ਤੁਸੀਂ ਆਪਣੇ ਪਿੰਡਾਂ ਦਾ ਵਿਕਾਸ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਸੈਂਟਰ ਵਿੱਚ ਵੀ ਜਿਹੜੀ ਕਿ ਕਾਂਗਰਸ ਸਰਕਾਰ ਲਿਆਉਣੀ ਪਵੇਗੀ, ਤਾਂ ਅਸੀਂ ਜਿਹੜਾ ਕਿ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕਰਾਂਗੇ। ਕੈਪਟਨ ਸਾਹਿਬ ਦਾ ਵਿਕਾਸ ਤਾਂ ਕਿਸੇ ਨੂੰ ਦਿਸਦਾ ਨਹੀਂ ਅਜੇ, 2 ਸਾਲ ਕੋਈ ਬਹੁਤਾ ਥੋੜ੍ਹਾ ਸਮਾਂ ਨਹੀਂ ਹੁੰਦਾ, ਤਕਰੀਬਨ ਚੌਥਾ ਹਿੱਸਾ ਜਾਂ ਕਹਿ ਲਓ ਆਪਣੇ 2 ਹਿੱਸੇ ਰਹਿ ਗਏ, ਇੱਕ ਹਿੱਸਾ ਸਰਕਾਰ ਦਾ ਲੰਘ ਗਿਆ। ਅਤੇ ਫਿਰ ਇਹ ਆ ਵੀ ਇਸ 2 ਸਾਲਾਂ 'ਚ ਸਰਕਾਰ ਨੇ ਕੀਤਾ ਕੀ ਹੈ ਦੱਸੋ? ਉਹੀ ਪੈਸੇ ਸੀ ਜਿਹੜੇ ਬਾਦਲ ਸਾਹਿਬ ਦੇ ਸੀਗੇ ਉਹੀ ਲੱਗ ਰਹੇ ਆ, ਉਹੀ ਪੈਸੇ ਸੀ ਜਿਹੜੇ ਪਿਛਲੀ ਸਰਕਾਰ ਨੇ ਸ਼ਹਿਰਾਂ ਨੂੰ ਪਿੰਡਾਂ ਨੂੰ ਦਿੱਤੇ ਆ ਉਹੀ ਲੱਗ ਰਹੇ ਆ, ਪਿੰਡਾਂ 'ਚ ਕੰਮ ਬੰਦ ਕਰਤਾ ਅਤੇ ਸ਼ਹਿਰਾਂ 'ਚ ਕੰਮ ਬੰਦ ਕਰਤਾ। ਅਤੇ ਵਿਕਾਸ ਕਿਵੇਂ ਕਰਾਉਣਗੇ ਕੈਪਟਨ ਸਾਹਿਬ, ਉਹਦਾ ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਅਤੇ ਜਿਹੜਾ ਉੱਥੇ ਕੇਂਦਰ ਦੀ ਗੱਲ ਕਰਦੇ ਆ, ਉਹ ਬੜੀ ਗਲਤ ਫਹਿਮੀ ਆ ਕੈਪਟਨ ਸਾਹਿਬ ਨੂੰ, ਬਈ ਕੇਂਦਰ ਵਿੱਚ ਸਰਕਾਰ ਰਾਹੁਲ ਗਾਂਧੀ ਨਹੀਂ ਪ੍ਰਧਾਨ ਮੰਤਰੀ ਬਣ ਸਕਦਾ। ਦੇਖੋ ਸਾਰੇ ਜਿੰਨੇ ਵੀ ਆਪਣੇ ਇਹ ਸਰੋਤੇ ਦੇਖ ਰਹੇ ਨੇ, ਜਿੰਨੀਆਂ ਵੀ ਸੰਗਤਾਂ ਇਸ ਆਪਣੇ ਖਬਰ ਨੂੰ ਦੇਖਣਗੀਆਂ ਸੁਣਨਗੀਆਂ, ਮੈਂ ਤਾਂ ਸਮਝਦਾ ਆਪਾਂ ਸਾਰੇ ਸਹਿਮਤ ਹੋਵਾਂਗੇ ਇਸ ਇੱਕ ਆਪਣੇ ਫੈਸਲੇ 'ਤੇ। ਉਹ ਫੈਸਲਾ ਇਹ ਹੈ ਕਿ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਹਜੇ ਲਾਇਕ ਨਹੀਂ ਗਏ। ਜਿਹੜਾ ਆਪਣੇ ਪ੍ਰਾਈਮ ਮਿਨਿਸਟਰ ਨੂੰ ਚੋਰ ਕਹਿ ਰਿਹਾ, ਦੱਸੋ ਚੋਰ ਕਹਿਣਾ ਕੋਈ ਛੋਟੀ ਗੱਲ ਨਹੀਂ, ਬਹੁਤ ਵੱਡਾ ਇਲਜ਼ਾਮ ਆ। ਜੇ ਦੇਸ਼ ਦਾ ਮੁਖੀ ਚੋਰ ਆ ਤਾਂ ਆਪਾਂ ਕੀ ਹੋਵਾਂਗੇ ਫਿਰ? ਦੇਸ਼ ਦੀ ਜਿਹੜੀ ਆਵਾਮ ਆ, ਜਨਤਾ ਆ, ਉਹਦੇ 'ਤੇ ਵੀ ਬੜਾ ਵੱਡਾ ਤੱਬਾ ਲੱਗਦਾ ਇਸ ਗੱਲ ਦਾ। ਅਤੇ ਸੋ ਰਾਹੁਲ ਗਾਂਧੀ ਨੂੰ ਨਹੀਂ ਲੋਕ ਪ੍ਰਾਈਮ ਮਿਨਿਸਟਰ ਦੇਖਣਾ ਚਾਹੁੰਦੇ, ਕਰਕੇ ਉਹਨਾਂ ਨੂੰ ਪਤਾ ਰਾਹੁਲ ਗਾਂਧੀ ਉਹਦਾ ਤਜਰਬਾ ਨਹੀਂਗਾ। ਸੋ ਇਸ ਲਈ ਸਰਕਾਰ ਤਾਂ ਬਣਨੀ ਆ ਉਹ ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ। ਕੈਪਟਨ ਸਾਹਿਬ ਜਿਹੜਾ ਕਹਿੰਦੇ ਸਾਡੀ ਸਰਕਾਰ ਆ, ਤੁਹਾਨੂੰ ਗਰੰਟਾਂ ਨਹੀਂ ਆਉਣੀਆਂ। ਦੇਖੋ ਇਹ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ, ਇਹ ਜ਼ੋਰ ਨਾ ਡਰਾ ਕੇ, ਧਮਕਾ ਕੇ, ਦਬਕੇ ਨਾ, ਪੁਲਿਸ ਦੀ ਆਪਣੇ ਨਜਾਇਜ਼ ਵਰਤੋਂ ਕਰਕੇ, ਅੱਗੇ ਵੀ ਪੰਚਾਇਤਾਂ 'ਚ ਇਹਨਾਂ ਨੇ ਇੱਦਾਂ ਕੀਤਾ, ਲੇਕਿਨ ਉਹਨਾਂ ਨੇ ਪੰਚਾਇਤਾਂ 'ਚ ਪੁਲਿਸ ਦੀ ਨਜਾਇਜ਼ ਵਰਤੋਂ ਕੀਤੀ, ਇਹਨਾਂ ਨੇ ਲੋਕਾਂ ਨੂੰ ਡਰਾਇਆ ਧਮਕਾਇਆ। ਫਿਰ ਇਹਨਾਂ ਨੇ ਫਾਰਮ ਭਰੇ ਵੀ ਤੁਹਾਡੇ ਆਪਣੇ ਤੁਹਾਨੂੰ 4 ਮਰਲੇ ਦੇ ਪਲਾਟ ਦੇਵਾਂਗੇ, ਤੁਹਾਡਾ ਕਰਜ਼ਾ ਮਾਫ਼ ਕਰਾਂਗੇ, ਤੁਹਾਨੂੰ ਗਾਡਰ ਬਾਲਿਆਂ ਜਿਹੜੀ ਛੱਤਾਂ ਆ ਉਹਦੇ ਗ੍ਰਾਂਟ ਦੇਵਾਂਗੇ ਅਤੇ ਤੁਹਾਨੂੰ ਨੌਕਰੀਆਂ ਲੈ ਕੇ ਦੇਵਾਂਗੇ। 4 ਫਾਰਮ ਭਰੇ ਇਹਨਾਂ ਨੇ ਪੰਚਾਇਤਾਂ 'ਚ, ਦੱਸੋ ਇੱਕ ਵੀ ਇਹਨਾਂ ਨੇ ਕੰਮ ਪੂਰਾ ਕੀਤਾ ਹੋਵੇ?
ਕਿਸੇ ਨੂੰ ਗ੍ਰਾਂਟ ਆਈ, ਕਿਸੇ ਨੂੰ ਨੌਕਰੀ ਮਿਲੀ, ਜਾਂ ਕਿਸੇ ਦੀ ਆਪਣੀ ਜਿਹੜੀ ਆਪਣੇ ਹੈਗਾ ਆ ਕਰਜ਼ਾ ਮਾਫ਼ ਹੋਇਆ, ਕੁਛ ਨਹੀਂ ਹੋਇਆ, ਅਤੇ ਇਹ ਤਾਂ ਝੂਠ ਬੋਲ ਕੇ ਵੋਟਾਂ। ਕੈਪਟਨ ਸਾਹਿਬ ਤਾਂ ਇੱਕ ਬੜਾ ਵੱਡਾ ਦਬਕਾ ਮਾਰਿਆ ਆਪਣੇ MLA ਮੰਤਰੀਆਂ ਨੇ, ਉਹਨਾਂ ਕਿਹਾ ਵੀ ਜੇਕਰ ਤੁਸੀਂ ਆਪਣੇ ਹਲਕੇ ਜਿੱਤੋਗੇ ਤਾਂ ਮੇਰੇ ਕੋਲ ਮੁੜ ਕੇ ਟਿਕਟਾਂ ਲੈਣ ਆਇਓ, ਨਹੀਂ ਤਾਂ ਫਿਰ ਮੈਂ ਆਪਣਾ ਫੈਸਲਾ ਸੁਣਾਵਾਂਗਾ। ਉਹ ਦੇਖੋ ਜੀ, ਉਹ ਬਹੁਤ ਵੱਡੀ ਬੁਖਲਾਹਟ ਨਜ਼ਰ ਆ ਰਹੀ ਹੈ ਇਹਦੇ 'ਚੋਂ। ਉਹ ਮਤਲਬ ਕੈਪਟਨ ਸਾਹਿਬ ਘਬਰਾ ਗਏ, ਘਬਰਾਸ ਕਰਕੇ ਗਏ, ਕਰਕੇ ਕੈਪਟਨ ਸਾਹਿਬ ਦਾ ਜਿਹੜਾ ਨਾਤਾ ਹੈ ਆਪਣੇ MLAs ਨਾਲ ਟੁੱਟ ਗਿਆ। ਕੈਪਟਨ ਸਾਹਿਬ ਕਿਸੇ ਨੂੰ ਮਿਲਦੇ ਨਹੀਂ ਵਿਚਾਰੇ, ਉਹ ਥੋੜ੍ਹਾ ਆਰਾਮ ਪਸੰਦ ਆ ਉਹਨਾਂ ਦਾ, ਜਿਹੜੀ ਆਪਣੀ ਜ਼ਿੰਦਗੀ ਆ ਉਹ ਹੋਰ ਤਰੀਕੇ ਦੀ ਆ, ਅਤੇ ਹੈ ਜੋ ਮਹਾਰਾਜੇ। ਫਿਰ ਉਹ ਜਦ ਉਹਨਾਂ ਦਾ ਕਨੈਕਟ ਨਹੀਂ ਬਣ ਸਕਿਆ ਆਪਣੇ MLAs ਨਾਲ, ਆਪਣੇ ਲੀਡਰਾਂ ਨਾਲ, ਤਾਂ ਫਿਰ ਉਹ ਵੀ ਲੀਡਰ ਨਾਰਾਜ਼ ਨੇ। ਲੀਡਰ ਕਹਿੰਦੇ ਜਦ ਸਾਡਾ CM ਨਹੀਂ ਕੁਛ ਕਰਦਾ ਤਾਂ ਅਸੀਂ ਕੀ ਕਰਨਾ ਆ। ਇਸ ਕਰਕੇ ਕੈਪਟਨ ਸਾਹਿਬ ਨੇ ਥੋੜ੍ਹਾ ਉਹਨਾਂ 'ਤੇ ਦਬਾਅ ਪਾਉਣ ਵਾਸਤੇ ਗੱਲ ਆਖੀ ਆ, ਉਹਨਾਂ ਨੂੰ ਇੱਕ ਤਰ੍ਹਾਂ ਦਾ ਡਰਾਵਾ ਦਿੱਤਾ ਆ। ਪਰ ਲੇਕਿਨ ਜੇ ਹੁਣ ਲੀਡਰਾਂ ਨੇ 2 ਸਾਲ ਨਹੀਂ ਕੀਤਾ ਅਤੇ ਹੁਣ ਆਪਣੇ 2 ਹਫ਼ਤਿਆਂ 'ਚ ਕੀ ਕਰ ਲੈਣਗੇ ਲੀਡਰ? ਇਹ ਤਾਂ ਰੋਜ਼ ਬੰਦਾ ਕੰਮ ਕਰਦਾ ਫਿਰ ਲੋਕਾਂ ਦੀ ਸੰਤੁਸ਼ਟੀ ਹੁੰਦੀ ਆ। 2 ਸਾਲ ਦਾ ਸਰਕਾਰ ਨੇ ਕੁਛ ਕੀਤਾ ਨਹੀਂ ਅਤੇ 2 ਹਫ਼ਤਿਆਂ 'ਚ ਕੈਪਟਨ ਸਾਹਿਬ ਕਿਵੇਂ ਉਹਨਾਂ ਤੋਂ ਰਿਜ਼ਲਟ ਲੈ ਲੂਗਾ? ਨਹੀਂ ਹੋ ਸਕਦਾ। ਤੁਸੀਂ ਵੱਖ ਵੱਖ ਪਿੰਡਾਂ ਵਿੱਚ ਜਾ ਰਹੇ ਹੋ, ਗਰੀਬ ਲੋਕਾਂ ਨੂੰ ਮਿਲ ਰਹੇ ਹੋ, ਸਟੂਡੈਂਟਸ ਨੂੰ ਵੀ ਮਿਲ ਰਹੇ ਹੋ, ਨੌਜਵਾਨਾਂ ਨੂੰ ਮਿਲ ਰਹੇ ਹੋ, ਉਹਨਾਂ ਦੀਆਂ ਕੀ ਮੁੱਖ ਮੰਗਾਂ ਹਨ, ਕੀ ਮੰਗਾਂ ਰੱਖਦੇ ਤੁਹਾਡੇ ਮੂਹਰੇ? ਦੇਖੋ, ਸਾਰੇ ਵਰਗਾਂ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਮੰਗਾਂ ਨੇ। ਨੌਜਵਾਨ ਤਾਂ ਸਭ ਤੋਂ ਪਹਿਲਾਂ ਚਾਹੁੰਦਾ ਰੁਜ਼ਗਾਰ, ਕੰਮ ਮਿਲਣਾ ਚਾਹੀਦਾ। ਬੀਬੀਆਂ ਵੀ ਕੰਮ ਚਾਹੁੰਦੀਆਂ ਨੇ, ਵਿਚਾਰੇ ਪਿੰਡਾਂ 'ਚ ਆਪਣੇ ਬੈਠੀਆਂ ਬੇਰੁਜ਼ਗਾਰ, ਕੋਈ ਧੰਦਾ ਨਹੀਂ, ਕੋਈ ਕਮਾਈ ਦੇ ਸਾਧਨ ਨਹੀਂ। ਠੀਕ ਹੈ, ਰੋਟੀ ਦਾਲ ਫੁਲਕਾ ਚੱਲਦਾ ਪੰਜਾਬ 'ਚ, ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਬੜੀ ਬਖਸ਼ਿਸ਼ ਹੈ ਪੰਜਾਬ 'ਤੇ, ਪਰ ਪੰਜਾਬ ਉੱਪਰ ਬਹੁਤ ਵੱਡੇ ਵੱਡੇ ਸੰਕਟ ਵੀ ਮੰਡਰਾ ਰਹੇ ਨੇ। ਲੋਕ ਚਾਹੁੰਦੇ ਨੇ ਰੁਜ਼ਗਾਰ, ਲੋਕ ਚਾਹੁੰਦੇ ਨੇ ਤਰੱਕੀ, ਖੁਸ਼ਹਾਲੀ ਚਾਹੁੰਦੇ ਨੇ ਲੋਕ, ਵੀ ਖੁਸ਼ਹਾਲ ਹੋਣ, ਅੱਗੇ ਵਧਣ, ਉਹਨਾਂ ਕੋਲ ਚੰਗੇ ਸਾਧਨ ਹੋਣ ਕਮਾਈ ਦੇ, ਚੰਗੇ ਸਾਧਨ ਹੋਣ ਪਹਿਨਣ ਦੇ, ਖਰਚ ਕਰਨ ਦੇ, ਅਤੇ ਵਧੀਆ ਵਾਤਾਵਰਨ ਹੋਵੇ ਸਾਰਾ ਉਹਨਾਂ ਦੇ ਘਰਾਂ ਦੇ ਦੁਆਲੇ ਹੋਵੇ, ਪਿੰਡਾਂ 'ਚ ਹੋਵੇ, ਸ਼ਹਿਰਾਂ 'ਚ ਹੋਵੇ, ਸਹੂਲਤਾਂ ਚੰਗੀਆਂ ਹੋਣ। ਇਹ ਸਰਕਾਰਾਂ ਤੋਂ ਨਹੀਂ ਦੇ ਹੋਇਆ ਇੰਨੇ 72 ਸਾਲਾਂ 'ਚ, ਤਾਂ ਹੀ ਤਾਂ ਅਸੀਂ ਕਹਿੰਦੇ ਹਾਂ ਵੀ ਇਹ ਅਮੀਰ ਦੇਸ਼ ਸੀਗਾ, ਇਸ ਦੇਸ਼ ਕੋਲ ਕਿਸੇ ਗੱਲ ਦੀ ਘਾਟ ਨਹੀਂ। ਗਰੀਬ ਦੇਸ਼ ਨਹੀਂ ਗਾ ਇਹ, ਮਤ ਸਮਝੋ, ਗਰੀਬ ਦੇਸ਼ ਆ, ਅਮੀਰ ਦੇਸ਼ ਆ ਹਿੰਦੁਸਤਾਨ, ਇੰਡੀਆ ਆਪਣਾ, ਬਟ ਇਹਨੂੰ ਇੱਥੇ ਗਰੀਬੀ ਆਪਣੇ ਥੋਪੀ ਗਈ, ਗਰੀਬੀ ਦੀਆਂ ਜ਼ੰਜੀਰਾਂ ਇਹਦੇ ਤਕੇਰਾਂ ਦੀ ਗੱਲ 'ਚ ਪਾਈਆਂ ਆਪਣੇ ਦੇਸ਼ ਦੇ। ਇਹਨਾਂ ਕਾਂਗਰਸ ਦੇ ਲੀਡਰਾਂ ਨੇ ਆਪ ਤਾਂ ਪੈਸੇ ਬਣਾਏ, ਆਪ ਤਾਂ ਬੇਈਮਾਨੀ ਕੀਤੀ, ਲੁੱਟ ਕੀਤੀ, ਇਹਨਾਂ ਨੇ ਖਾਧਾ ਦੇਸ਼ ਨੂੰ, ਪੰਜਾਬ ਨਾਲ ਤਾਂ ਬਹੁਤ ਵੱਡਾ ਇਹਨਾਂ ਨੇ ਆਪਣੇ ਅਨਿਆਏ ਕੀਤਾ, ਬਹੁਤ ਵੱਡਾ ਵਿਤਕਰਾ ਹੋਇਆ, ਬੇਇਨਸਾਫੀ ਹੋਈ ਪੰਜਾਬ ਨਾਲ, ਉਹ ਆਪਾਂ ਜਾਣਦੇ ਹੀ ਹਾਂ। ਸੈਂਟਰ ਸਦਾ ਹੀ ਪੰਜਾਬ ਦਾ ਵਿਰੋਧੀ ਰਿਹਾ, ਪੰਜਾਬ ਦੇ ਉਲਟ ਰਿਹਾ, ਪਰ ਇੱਕ ਤਾਂ ਨੌਜਵਾਨ ਇਹ ਚਾਹੁੰਦੇ, ਦੂਸਰਾ ਜਿਹੜੇ ਵਿਚਾਰੇ ਭਾਈਚਾਰੇ ਨੇ, ਜਿਹੜੇ ਗਰੀਬ ਨੇ, ਸ਼ਡਿਊਲ ਕਾਸਟ ਵਰਗਿਆ, ਉਹਨਾਂ ਨੇ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਇਹਨਾਂ ਨੇ। ਦੱਸੋ, ਇੱਕ ਪਾਸੇ ਨਾ ਹਰ ਸਰਕਾਰ ਵਿੱਦਿਆ ਨੂੰ ਤਰਜੀਹ ਦਿੰਦੀ ਆ, ਪ੍ਰਾਇਰਟੀ ਸੈਕਟਰ ਐਜੂਕੇਸ਼ਨ ਐਂਡ ਹੈਲਥ ਅਤੇ ਸੋਸ਼ਲ ਵੈਲਫੇਅਰ, 3 ਮਹਿਕਮੇ ਆ ਜਿਹਨਾਂ ਨੂੰ ਤਰਜੀਹ ਸਰਕਾਰ ਹਰ ਸਰਕਾਰ ਦਿੰਦੀ ਆ, ਅਤੇ ਵਿੱਦਿਆ ਦੇ ਖੇਤਰ ਵਿੱਚ ਇਹਨਾਂ ਨੇ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਦਿੱਤੀਆਂ ਵਜ਼ੀਫੇ ਨਹੀਂ ਦਿੱਤੇ, ਬੱਚਿਆਂ ਨੂੰ ਡਿਗਰੀਆਂ ਨਹੀਂ ਮਿਲ ਰਹੀਆਂ ਵਿਚਾਰਿਆਂ ਨੂੰ, ਰੋਲ ਨੰਬਰ ਨਹੀਂ ਮਿਲ ਰਹੇ, 30-40 ਹਜ਼ਾਰ, 60-60 ਹਜ਼ਾਰ ਉਹਨਾਂ ਦੀਆਂ ਫੀਸਾਂ ਆ, ਕਿੱਥੋਂ ਦੇਣ ਵਿਚਾਰੇ ਸਧਾਰਨ ਬੰਦੇ, ਸਧਾਰਨ ਪਰਿਵਾਰ? ਇਹ ਸੈਂਟਰ ਨੇ ਸਕਾਲਰਸ਼ਿਪ ਭੇਜੀ ਆਪਣੇ ਪੰਜਾਬ ਸਰਕਾਰ ਨੂੰ, ਇਹਨਾਂ ਨੇ ਵੰਡੀ ਨਹੀਂ। ਇੱਥੋਂ ਤੱਕ ਜਿਹੜਾ ਮੰਤਰੀ ਇਹਨਾਂ ਦਾ ਉੱਥੇ ਪੰਜਾਬ ਦਾ ਇਸ ਮਹਿਕਮੇ ਦਾ, ਉਹ ਸੁਣ ਰਹੇ ਆ ਚੰਡੀਗੜ੍ਹ 'ਚ, ਬੜੀ ਚਰਚਾ ਇਸ ਗੱਲ ਦੀ ਵੀ ਉਹ ਕਮਿਸ਼ਨ ਮੰਗ ਰਿਹਾ ਆ। ਹੁਣ ਇਹ ਤਾਂ ਰੱਬ ਜਾਣਦਾ ਕੀ ਗੱਲ ਆ, ਪਰ ਇਹ ਇਸ ਗੱਲ 'ਤੇ ਫੇਲ ਹੋ ਗਏ ਆਪਣੇ ਜਿਹੜੇ ਵਜ਼ੀਫੇ ਦੇ ਮਸਲੇ 'ਤੇ, ਪੜ੍ਹਾਈ ਦੇ ਮਸਲੇ 'ਤੇ, ਅਤੇ ਜਿਹੜੀਆਂ ਸਹੂਲਤਾਂ ਸੀਗੀਆਂ ਬਾਦਲ ਸਾਹਿਬ ਨੇ ਦਿੱਤੀਆਂ ਭਾਈਚਾਰਿਆਂ ਨੂੰ, ਉਹ ਵੀ ਇਹ ਆਪਣੇ ਤਕਰੀਬਨ ਬੰਦ ਕਰਤੀਆਂ ਜਾਂ ਸਾਰੇ ਬੰਦ ਕਰਨ ਜਾ ਰਹੇ ਨੇ। ਕਿਸਾਨਾਂ ਦੇ ਵੀ ਬਿੱਲ ਲਾਉਣ ਲੱਗੇ ਸੀ, ਇਹਦਾ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਮੀਟਰ ਲਾਉਣੇ ਆ ਮੋਟਰਾਂ 'ਤੇ, ਇਹਦਾ ਰੌਲਾ ਪੈ ਗਿਆ। ਕਿਸਾਨ ਯੂਨੀਅਨ ਨੇ ਜਾਂ ਕਿਸਾਨਾਂ ਨੇ ਕਿਹਾ ਸੰਘਰਸ਼ ਕਰਾਂਗੇ, ਫਿਰ ਪਿੱਛੇ ਮੁੜੇ ਆ। ਗਰੀਬਾਂ ਦੇ ਵਿਚਾਰਿਆਂ ਨੇ ਮੀਟਰ ਲਾ ਤੇ, ਕਿੰਨੇ ਕਿੰਨੇ ਹਜ਼ਾਰਾਂ ਦੇ ਬਿੱਲ ਆਉਂਦੇ ਆ, ਜਿਸ ਅਸੀਂ ਆਪਣੇ ਸਭਾ ਜਾਂਦੇ ਮੀਟਿੰਗ 'ਚ ਉੱਥੇ ਬਿੱਲ ਲੈ ਕੇ ਆਉਂਦੇ ਆ, ਜਿਹੜੇ ਗਰੀਬ ਹੈ ਸਾਡਾ 20 ਹਜ਼ਾਰ ਦਾ ਆ ਗਿਆ, 40 ਹਜ਼ਾਰ ਦਾ ਆ ਗਿਆ, 44 ਹਜ਼ਾਰ ਦਾ ਆ ਗਿਆ, 18 ਹਜ਼ਾਰ ਦਾ ਬਿੱਲ ਆ ਗਿਆ। ਇਹ ਸਾਰਾ ਕੁਛ ਬਾਦਲ ਸ਼ਾਹ ਨੇ ਮਾਫ਼ ਕੀਤਾ, ਫ੍ਰੀ ਕੀਤਾ ਸੀਗਾ। ਸੋ ਕਿਸੇ ਬਹੁਤ ਲੋਕਾਂ ਨੂੰ ਲੋੜਾਂ ਨੇ, ਬਹੁਤ ਲੋਕ ਵਿਚਾਰੇ ਆਪਣੇ ਸੋਚਦੇ ਕਿ ਸਾਨੂੰ ਸਰਕਾਰ ਕੁਛ ਦਊਗੀ, ਸਰਕਾਰ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕੂਗੀ, ਉਹਨਾਂ ਦੇ ਜੀਵਨ ਵਿੱਚ ਸਰਕਾਰ ਕੁਛ ਮਦਦ ਕਰੂਗੀ, ਪਰ ਕੁਛ ਨਹੀਂ ਨਜ਼ਰ ਆ ਰਿਹਾ। ਕਾਂਗਰਸ ਸਰਕਾਰ ਦੀ ਹਨੇਰੀ ਚੱਲੀ, 2017 ਵਿੱਚ ਬਹੁਤ ਵੱਡੇ ਮਾਰਜ ਨਾਲ ਜਿੱਤ ਪ੍ਰਾਪਤ ਕੀਤੀ, ਪਰ ਜਿਹੜੇ ਤੁਸੀਂ ਆਪਣੇ ਕੰਮ ਕੀਤੇ ਸੀ, ਲੋਕਾਂ ਨੇ ਤੁਹਾਡੇ ਕੰਮਾਂ 'ਤੇ ਮੋਹਰ ਲਾਉਂਦੇ ਤੁਹਾਨੂੰ ਜਿਤਾਇਆ, ਇਸ ਵਕਤ ਤੁਹਾਡੇ ਤਾਂ ਮੋਢਿਆਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ, ਤੁਸੀਂ ਜ਼ਿਲ੍ਹਾ ਪ੍ਰਧਾਨ ਵੀ ਹੋ, ਹਲਕਾ ਨਕੋਦਰ ਦੀ ਇਸ ਵਾਰ ਕੀ ਰੂਪਰੇਖਾ ਹੋਵੇਗੀ, ਲੋਕ ਕਿੰਨਾ ਕੁ ਸਾਥ ਦੇ ਰਹੇ ਤੁਹਾਡਾ? ਦੇਖੋ ਜੀ, ਸਾਨੂੰ ਤਾਂ ਪੂਰੀ ਉਮੀਦ ਆ, ਅਸੀਂ ਪੂਰੀ ਉਮੀਦ ਹਾਂ ਕਿ ਲੋਕ ਬਹੁਤ ਸਿਆਣੇ ਨੇ, ਬੜੇ
ਆਪਣੇ ਉਹਨਾਂ ਸੂਝਬੂਝ ਨਾਲ ਵੋਟਾਂ ਪਾਉਣਗੇ ਅਤੇ ਸਮਝਦਾਰੀ ਨਾਲ ਵੋਟਾਂ ਪਾਉਣਗੇ। ਜਿੱਥੇ ਸਾਨੂੰ ਅੱਗੇ ਦੋ ਵਾਰੀ ਉਹਨਾਂ ਨੇ ਮੌਕਾ ਦਿੱਤਾ ਸੇਵਾ ਕਰਨ ਦਾ 2012 'ਚ 2017 'ਚ, ਅਸੀਂ ਉਹਨਾਂ ਦੇ ਰੋਮ ਰੋਮ ਤੋਂ ਰਹਿਣੀ ਆ। ਸਾਰੀ ਉਮਰ ਆਪਣੇ ਵੋਟਰਾਂ ਦੀ, ਜਨਤਾ ਦੀ, ਸੰਗਤ ਦੀ ਸੇਵਾ ਕਰਾਂਗੇ, ਸਾਰਿਆਂ ਦੀ ਸੇਵਾ ਕਰਾਂਗੇ। ਕੋਈ ਹੋਰ ਸਾਡਾ ਕੋਈ ਲਕਸ਼ ਨਹੀਂ ਗਾ, ਹੋਰ ਸਾਡਾ ਕੋਈ ਆਪਣੇ ਸੋਚ ਨਹੀਂ ਹੈ, ਕੋਈ ਮਨੋਰਥ ਨਹੀਂ ਸਿਰ ਸੇਵਾ ਕਰਨਾ। ਨਾ ਕੋਈ ਲਾਲਚ ਆ ਪੈਸੇ ਦਾ, ਨਾ ਕਿਸੇ ਹੋਰ ਕਮਾਈ ਦਾ, ਨਾ ਕੋਈ ਗਲਤ ਕੰਮ ਕਰਨ ਦਾ, ਨਾ ਹੀ ਕਿਸੇ ਨਾਲ ਬੇਇਨਸਾਫੀ ਦਾ। ਚਾਹੁੰਦੇ ਹਰ ਇੱਕ ਨੂੰ ਇਨਸਾਫ ਮਿਲੇ, ਹਰ ਇੱਕ ਨੂੰ ਨਿਆਂ ਮਿਲੇ। ਇਸ ਵਾਰ ਵੀ ਅਸੀਂ ਆਪਣੇ ਵੋਟਰਾਂ ਕੋਲ, ਆਪਣੀ ਹਲਕੇ ਦੀ ਸੰਗਤ ਕੋਲ ਅਸੀਂ ਆਪਣਾ ਪੋਜ਼ਿਟਿਵ ਏਜੰਡਾ ਲੈ ਕੇ ਜਾ ਰਹੇ ਹਾਂ। ਪੋਜ਼ਿਟਿਵ ਏਜੰਡਾ ਅਸੀਂ ਕਹਿ ਰਹੇ ਹਾਂ ਕਿ ਨਰਿੰਦਰ ਭਾਈ ਮੋਦੀ ਨੂੰ ਵੋਟਾਂ ਪਾਓ। ਇੱਦਾਂ ਦਾ ਪ੍ਰਧਾਨ ਮੰਤਰੀ ਨਹੀਂ ਹੈਗਾ ਕੋਈ, ਹਜੇ ਨਰਿੰਦਰ ਭਾਈ ਮੋਦੀ ਦੀ ਹਿੰਦੁਸਤਾਨ ਨੂੰ 20 ਸਾਲ ਲੋੜ ਹੈ। ਅਜੇ ਦੁਨੀਆ ਦੇ ਜਿਹੜੇ ਅਰਥ ਸ਼ਾਸਤਰੀ ਨੇ, ਦੁਨੀਆ ਦੇ ਜਿਹੜੇ ਆਪਣੇ ਬੁੱਧੀਜੀਵੀ ਨੇ, ਇੰਟਲੈਕਚੁਅਲ, ਜਾਂ ਜਿਹੜੇ ਦੁਨੀਆ ਦੇ ਲੀਡਰ ਨੇ ਵੱਡੇ ਵੱਡੇ ਅਗਾਂਹ ਵਧੂ ਮੁਲਕਾਂ ਦੇ, ਉਹ ਕਹਿ ਰਹੇ ਆ ਕਿ ਮੋਦੀ ਵਰਗਾ ਜਾਂ ਮੋਦੀ ਸਾਹਿਬ ਆਪ ਕਮ ਸੇ ਕਮ 20 ਸਾਲ ਇੰਡੀਆ ਦੇ ਪ੍ਰਾਈਮ ਮਿਨਿਸਟਰ ਰਹਿਣਗੇ, ਤਾਂ ਹੀ ਇੰਡੀਆ ਦੇ ਮਸਲੇ ਹੱਲ ਹੋਣੇ ਆ। ਇਹ 5 ਸਾਲ ਬਹੁਤ ਥੋੜ੍ਹਾ ਸਮਾਂ, ਬਿਕੋਜ਼ ਬਹੁਤ ਵੱਡਾ ਮੁਲਕ ਹੈ, 130 ਕਰੋੜ ਦੀ ਆਬਾਦੀ ਆ, ਬਹੁਤ ਜ਼ਿਆਦੀਆਂ ਸਮੱਸਿਆਵਾਂ ਆ, ਬਹੁਤ ਜ਼ਿਆਦੀਆਂ ਲੋੜਾਂ ਨੇ, ਬਹੁਤ ਕੁਛ ਬਣਨ ਵਾਲਾ ਇੱਥੇ। ਸੋ ਉਸ ਲਿਹਾਜ਼ ਨਾਲ ਇਹ ਆਪਣੇ ਜਿਹੜਾ ਸਾਨੂੰ ਪੂਰੀ ਆਸ ਆ ਕਿ ਇਸ ਇਲੈਕਸ਼ਨ ਵਿੱਚ ਵੀ ਸਾਨੂੰ ਬਹੁਤ ਵਧੀਆ ਜਿਹੜਾ ਰਿਸਪੋਂਸ ਮਿਲੂਗਾ ਸੰਗਤ ਤੋਂ, ਲੋਕ ਸਾਡਾ ਸਾਥ ਦੇਣਗੇ। ਅਸੀਂ ਲੋਕਾਂ ਪ੍ਰਤੀ ਵਿਸ਼ਵਾਸ ਨਾਲ ਅੱਗੇ ਵੀ ਕੰਮ ਕੀਤਾ, ਹੁਣ ਵੀ ਵਚਨ ਦਿੰਦੇ ਹਾਂ ਕਿ ਪੂਰੇ ਵਿਸ਼ਵਾਸ ਨਾਲ, ਇਮਾਨਦਾਰੀ ਨਾਲ, ਨੇਕ ਨੀਤੀ ਨਾਲ ਅਗਾਂਹ ਵੀ ਕੰਮ ਕਰਾਂਗੇ। ਅਤੇ ਇਸ ਕਰਕੇ ਸਾਨੂੰ ਪੂਰਾ ਭਰੋਸਾ ਆ ਕਿ ਇਸ ਵਾਰ ਵੀ ਜਿਹੜੀ ਲੋਕ ਸਭਾ ਦੀ ਇਲੈਕਸ਼ਨ ਆ, ਇਹਦੇ ਵਿੱਚੋਂ ਨਕੋਦਰ ਹਲਕਾ ਵੱਡੀ ਲੀਡ ਨਾਲ ਜਿੱਤੂਗਾ ਅਤੇ ਅਸੀਂ ਆਪਣੇ ਅਟਵਾਲ ਸਾਹਿਬ ਨੂੰ ਬਹੁਤ ਵੱਡੇ ਮਾਰਜਨ ਨਾਲ ਨਕੋਦਰ 'ਚੋਂ ਜਿਤਾ ਕੇ ਭੇਜਾਂਗੇ। ਆਖਿਰ ਵਿੱਚ ਤੁਸੀਂ ਹਲਕਾ ਨਕੋਦਰ ਦੇ ਵੋਟਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੋਟਾਂ ਪ੍ਰਤੀ? ਮੈਂ ਸਾਰੇ ਹਲਕਾ ਨਕੋਦਰ ਦੇ ਸੂਝਵਾਨ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਸਤਿਕਾਰਯੋਗ ਮੇਰੇ ਬਜ਼ੁਰਗੋ, ਵੀਰੋ, ਮਤਾਓ ਅਤੇ ਭੈਣੋ, ਤੁਸੀਂ ਬਹੁਤ ਪਿਆਰੇ ਹੋ, ਤੁਸੀਂ ਬਹੁਤ ਹੀ ਹਰਮਨ ਪਿਆਰੇ ਹੋ ਅਤੇ ਤੁਸੀਂ ਬੜਾ ਸਾਥ ਦਿੱਤਾ ਸਾਡਾ ਸਾਰੀਆਂ ਇਲੈਕਸ਼ਨਾਂ ਵਿੱਚ। ਹੁਣ ਤੁਹਾਨੂੰ ਫਿਰ ਮੈਂ ਬੇਨਤੀ ਕਰਦਾ ਇਸ ਮਾਧਿਅਮ ਰਾਹੀਂ ਕਿ ਇਹ ਜਿਹੜੀ ਵੋਟ ਆ ਆਪਣੇ ਦੇਸ਼ ਦੀ ਵੋਟ ਆ, ਇਹ ਵੋਟ ਹੈ ਦਿੱਲੀ ਦੀ, ਇਹ ਵੋਟ ਹੈ ਹਿੰਦੁਸਤਾਨ ਦੀ ਵੋਟ ਆ। ਇਹ ਮਤ ਸੋਚਿਓ ਇਹ ਛੋਟੀ ਵੋਟ ਆ, ਵੋਟ ਤਾਂ ਸਾਰੀਆਂ ਦੀ ਬੜੀ ਅਹਿਮੀਅਤ ਹੁੰਦੀ ਆ ਕੋਈ ਵੋਟ ਹੋਵੇ, ਪਰ ਇਸ ਵੋਟ ਨੇ 130 ਕਰੋੜ ਹਿੰਦੁਸਤਾਨੀਆਂ ਦੀ ਤਕਦੀਰ ਦਾ ਫੈਸਲਾ ਕਰਨਾ, ਤਕਦੀਰ ਬਣਾਉਣੀ ਆ। ਇਸ ਲਈ ਮੈਂ ਸਭ ਨੂੰ ਅਪੀਲ ਕਰਦਾ ਕਿ ਸਾਰੇ ਜਿਹੜੇ ਸਤਿਕਾਰਯੋਗ ਵੋਟਰ ਸਾਹਿਬਾਨ, ਪਾਰਟੀਆਂ ਤੋਂ ਉੱਪਰ ਉੱਠ ਕੇ, ਧੜਿਆਂ ਤੋਂ ਉੱਪਰ ਉੱਠ ਕੇ ਇਹ ਵੋਟਾਂ ਪਾਓ। ਆਪਾਂ ਨੈਸ਼ਨਲ ਡੈਮੋਕਰੈਟਿਕ ਅਲਾਇੰਸ ਦੇ ਜਿਹੜੇ ਉਮੀਦਵਾਰ ਨੇ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨੇ ਡਾਕਟਰ ਚਰਨਜੀਤ ਸਿੰਘ ਅਟਵਾਲ ਸਾਹਿਬ ਨੂੰ ਵੋਟਾਂ ਪਾਓ, ਵੱਡੀ ਲੀਡ ਨਾਲ ਜਿਤਾਈਏ ਆਪਾਂ ਨਕੋਦਰ ਵਿੱਚੋਂ, ਵੱਡੀ ਲੀਡ ਨਾਲ, ਤਾਂ ਕਿ ਉਹਨਾਂ ਨੂੰ ਬਹੁਤ ਸ਼ਕਤੀ ਮਿਲੇ ਨਕੋਦਰ ਵਿੱਚੋਂ ਅਤੇ ਅਟਵਾਲ ਸਾਹਿਬ MP ਬਣ ਜਾਣਗੇ, ਬਣਨਗੇ ਅਤੇ ਆਪਾਂ ਆਪਣੇ ਸਾਰੇ ਮਸਲੇ ਹੱਲ ਕਰਾਵਾਂਗੇ, ਆਪਾਂ ਉਹਨਾਂ ਤੋਂ ਮਦਦ ਲਵਾਂਗੇ ਅਟਵਾਲ ਸਾਹਿਬ ਤੋਂ। ਇਸ ਲਈ ਮੈਂ ਤੁਹਾਨੂੰ ਅਪੀਲ ਕਰਦਾ ਕਿ ਉੱਦਣ ਪੋਲਿੰਗ ਵਾਲੇ ਦਿਨ 100% ਪੋਲਿੰਗ ਕਰਾਓ। ਇਹ ਵੀ ਨਾ ਹੋਵੇ ਕੋਈ ਵੋਟ ਜਿਹੜੀ ਨਹੀਂ ਹੈਗੀ ਇੱਥੇ ਜਾਂ ਬਾਹਰ ਗਈ ਆ ਉਹਨੂੰ ਛੱਡ ਕੇ, ਜਿਹੜੀ ਵੋਟ ਪ੍ਰੈਜੈਂਟ ਆ, ਚਾਹੇ ਉਹ 95% ਹੋਵੇ, 97 ਹੋਵੇ, 94 ਹੋਵੇ, ਉਹ ਸਾਰੀਆਂ ਵੋਟਾਂ ਪੋਲ ਕਰਾਓ। ਕੋਈ ਵੋਟ ਪੋਲ ਦੇਖੋ ਹੁਣ ਤੋਂ ਰਹਿ ਨਾ ਜਾਵੇ, ਤਾਂ ਕਿ ਹਰ ਬੂਥ ਵਿੱਚੋਂ, ਹਰ ਪਿੰਡ ਵਿੱਚੋਂ ਅਟਵਾਲ ਸਾਹਿਬ ਵੱਡੀ ਲੀਡ ਨਾਲ ਜਿੱਤ ਸਕਣ। ਜੇ ਉਹਨਾਂ ਨੂੰ ਆਪਾਂ ਜ਼ਿਆਦਾ ਲੀਡ ਦਵਾਵਾਂਗੇ ਨਕੋਦਰ 'ਚੋਂ, ਤਾਂ ਹੀ ਉਹਨਾਂ ਦਾ ਅੱਗੇ ਜਾ ਕੇ ਜਿੱਤਣਾ ਬਹੁਤ ਸੌਖਾ ਹੋਊਗਾ। ਅਸੀਂ ਤੁਹਾਡੇ ਲਈ ਹਰ ਵੇਲੇ ਹਾਜ਼ਰ ਹਾਂ, ਸਾਡੇ ਲਈ ਕੋਈ ਸੇਵਾ ਹੋਵੇ ਹਰ ਵੇਲੇ ਸਾਨੂੰ ਰਾਤ ਦਿਨ ਜਦ ਮਰਜ਼ੀ ਯਾਦ ਕਰਿਓ। ਤੁਸੀਂ ਬਹੁਤ ਸਾਡੇ ਸਤਿਕਾਰਯੋਗ ਹੋ ਅਤੇ ਮੈਂ ਇਸ ਮਾਧਿਅਮ ਰਾਹੀਂ ਤੁਹਾਨੂੰ ਅਪੀਲ ਕਰਦਾ ਕਿ ਮੈਕਸੀਮਮ ਪੋਲਿੰਗ ਕਰਾ ਕੇ ਸਭ ਨੂੰ ਕਹੋ, ਆਪ ਵੀ ਵੋਟਾਂ ਪਾਓ ਅਤੇ ਹੋਰਾਂ ਤੋਂ ਵੀ ਪਵਾਓ। ਇਹ ਵੋਟ ਆਪਣੀ ਦੇਸ਼ ਭਗਤੀ ਦੀ ਆ, ਇਹ ਆਪਣੇ ਦੇਸ਼ ਦੇ ਸਵੈਮਾਨ ਦੀ ਆ, ਇਹ ਆਪਣੇ ਦੇਸ਼ ਦੀ ਇੱਜ਼ਤ ਦੀ ਆ, ਦੇਸ਼ ਦੇ ਗੌਰਵ ਦੀ ਆ, ਦੇਸ਼ ਦੀ ਤਰੱਕੀ ਦੀ ਵੋਟ ਆ। ਹਿੰਦੁਸਤਾਨ ਦਾ ਮਨੋਬਲ ਕਿਵੇਂ ਆਪਾਂ ਹੋਰ ਉੱਚਾ ਚੱਕਣਾ, ਜਿਹੜਾ ਮੋਦੀ ਸਾਹਿਬ ਨੇ ਪਿਛਲੇ 5 ਸਾਲਾਂ 'ਚ ਉਹਨੂੰ ਬਹੁਤ ਤਕੜਾ ਕੀਤਾ, ਆਪਾਂ ਦੇਸ਼, ਆਪਾਂ ਦੁਨੀਆ ਦੇ ਦੇਸ਼ਾਂ ਵਿੱਚ ਕਿਵੇਂ ਆਪਾਂ ਵਿਚਰਨਾ ਆ, ਇਸ ਵੋਟ ਨੇ ਤੈਅ ਕਰਨਾ। ਆਪਾਂ ਨਾਲ ਇੱਜ਼ਤ ਹੋਵੇ, ਮਾਣ ਸਤਿਕਾਰ ਹੋਵੇ ਅਤੇ ਬਹੁਤ ਹੀ ਆਪਣੇ ਵੱਡੀ ਦੇਸ਼ ਭਗਤੀ ਦਾ ਸਵਾਲ ਆ। ਸੋ ਇਸ ਉਹਦੇ ਮੁਤਾਬਕ ਸਭ ਨੂੰ ਅਪੀਲ ਕਰਦਾ ਕਿ ਦੇਸ਼ ਭਗਤੀ ਨੂੰ ਉਜਾਗਰ ਕਰਦੇ ਹੋਏ, ਉਹਨੂੰ ਕਸਵੱਟੀ 'ਤੇ ਚਾੜ ਕੇ, ਉਹਨੂੰ ਖਰਾ ਆਪਾਂ ਬਣਾਉਂਦੇ ਹੋਏ ਇਹ ਵੋਟ ਤੱਕੜੀ ਨੂੰ ਵੋਟਾਂ ਪਾਇਓ। ਜਲੰਧਰ ਦੇ ਸੂਝਵਾਨ ਵੋਟਰ ਸਾਹਿਬਾਨ, ਨਕੋਦਰ ਦੇ ਸੂਝਵਾਨ ਵੋਟਰ ਸਾਹਿਬਾਨ, ਤਾਂ ਕਿ ਅਟਵਾਲ ਸਾਹਿਬ MP ਬਣਨ ਅਤੇ ਆਪਣੇ ਜਲੰਧਰ ਦਾ ਜਿਹੜਾ ਲੋਕ ਸਭਾ ਹਲਕਾ ਆ
मोदी साहब की जिहड़ी गिनती आ प्रधानमंत्री बनन दी उहदे विच अपना भी योगदान पै सके, ये मेरी अपील है सारयां नूं। ਇਹ ਸਨ ਹਲਕਾ ਨਕੋਦਰ ਦੇ ਵਿਧਾਇਕ ਸਰਦਾਰ ਗੁਰਪ੍ਰਤਾਪ ਸਿੰਘ ਬਟਾਲਾ ਜੀ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਨੂੰ ਮਾਣ ਸਨਮਾਨ ਅਤੇ ਗੌਰਵ ਦੇਣਾ ਹੈ ਤਾਂ ਮੋਦੀ ਸਰਕਾਰ ਨੂੰ ਲਿਆਉਣਾ ਬਹੁਤ ਹੀ ਲਾਜ਼ਮੀ ਹੈ। ਤਾਂ 19 ਮਈ ਨੂੰ ਇੱਕ ਇੱਕ ਵੋਟ ਜਿਹੜੀ ਕਿ ਆਪਣੀ ਕੀਮਤੀ ਵੋਟ ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿੱਚ ਪਾਉਣ ਦੀ ਅਪੀਲ ਕੀਤੀ ਹੈ, ਪਰ ਇਹਦਾ ਵੇਖਣਾ ਹੋਵੇਗਾ ਕਿ 19 ਤਰੀਕ ਨੂੰ ਲੋਕ ਸਭਾ ਹਲਕਾ ਜਲੰਧਰ ਦੇ ਪੜ੍ਹੇ ਲਿਖੇ ਵੋਟਰ ਕਿਸ ਦੇ ਹੱਕ ਵਿੱਚ ਵੋਟ ਪਾਉਂਦੇ ਆ ਅਤੇ ਕਿਸ ਨੂੰ ਆਪਣਾ ਪ੍ਰਧਾਨ ਮੰਤਰੀ ਚੁਣਨ ਦੇ ਵਿੱਚ ਯੋਗਦਾਨ ਪਾਉਂਦੇ ਆ। ਕੈਮਰਾਮੈਨ ਪਵਨ ਕੁਮਾਰ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਨਕੋਦਰ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।